प्यारे वीरों ਤੇ ਭੈਣੋ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਦੀ ਵਿਆਖਿਆ ਦੀ ਲੜੀ ਵਿੱਚ ਅਸੀਂ ਪਹਿਲੀ ਅਸ਼ਟਪਦੀ ਦੇ 7ਵੇਂ ਪਦ ਤੇ ਪਹੁੰਚ ਗਏ ਹਾਂ ਆਓ ਇਸ ਪਵਿੱਤਰ ਬਾਣੀ ਨੂੰ ਸੁਣੀਏ ਵਿਚਾਰੀਏ ਮਨ ਵਿੱਚ ਵਸਾਈਏ ਤੇ ਆਨੰਦ ਮਾਣੀਏ ਸ਼ੁਰੂ ਕਰਦੇ ਹਾਂ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੋ ਨਾ ਚੂਰੇ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਭਾਵ ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ ਅਤੇ ਕਦੇ ਚਿੰਤਾ ਦੇ ਵਸ ਨਹੀਂ ਹੁੰਦਾ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ ਭਾਵ ਉਸ ਨੂੰ ਸਿਫਤ ਸਲਾਹ ਦੀ ਅਦਤ ਪੈ ਜਾਂਦੀ ਹੈ ਅਤੇ ਸਹਿਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਪ੍ਰਭ ਕੇ ਸਿਮਰਨ ਨਹਿਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਦਾ ਸਿਮਰਨ ਕਰਨ ਨਾਲ ਮਨੁ ਖੁਦਾ ਮਨ ਰੂਪੀ ਆਸਨ ਡੋਲਦਾ ਨਹੀਂ ਅਤੇ ਉਸ ਦੇ ਹਿਰਦੇ ਦਾ ਕੋਲ ਫੁੱਲ ਖਿੜਿਆ ਰਹਿੰਦਾ ਹੈ ਪ੍ਰਭ ਕੇ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਦਾ ਅੰਤ ਨਾ ਪਾਰ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਅੰਦਰ ਇੱਕ ਰਸ ਸੰਗੀਤ ਜਿਹਾ ਹੁੰਦਾ ਰਹਿੰਦਾ ਹੈ ਭਾਵ ਪ੍ਰਭੂ ਦੇ ਸਿਮਰਨ ਤੋਂ ਜੋ ਸੁਖ ਉਪਜਦਾ ਹੈ ਉਹ ਕਦੇ ਮੁਕਦਾ ਨਹੀਂ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਨ ਜਨ ਸਰਨੀ ਪੈ ਉਹੀ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ हे ਨਾਨਕ ਕੋਈ ਵਡਭਾਗੀ ਉਹਨਾਂ ਸਿਮਰਨ ਕਰਨ ਵਾਲੇ ਜਨਾਂ ਦੀ ਛਰਨੀ ਪੈਂਦਾ ਹੈ ਆਓ ਇਸ ਪਦ ਦਾ ਇੱਕ ਵਾਰ ਗਾਇਨ ਵੀ करिए ਤੇ ਅਨੰਦ ਮਾਣੀਏ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਭੋ ਨ ਚੂਰੇ ਪ੍ਰਭ ਕੇ ਸਿਮਰਨ ਹਰ ਗੁਨ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਮੇਂ ਚਲ ਆਸਨ प्रभु के सिमरन कमल बिगासन प्रभु के सिमरन अनहद चुनकार सुख प्रभु सिमरन का अंत न पार सिमरह से जन जिनको प्रभु माया नानक तंजन ਸ਼ਰਨੀ ਪਿਆ ਨਾਨਕ ਤਿੰਜਨ ਸ਼ਰਨੀ ਪਿਆ ਅਨੰਦਮਾਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ